ਇਰਾਕ ਵਿੱਚ ਫਸੇ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਦੇ ਵਿੱਚ ਉਹਨਾਂ ਦੀ ਸੁਰੱਖਿਅਤ ਰਿਹਾਈ ਨੂੰ ਲੈ ਕੇ ਚਿੰਤਾ ਅਜੇ ਵੀ ਬਣੀ ਹੋਈ ਹੈ। ਸੰਗਰੂਰ ਵਿਖੇ ਨੌਜਵਾਨਾਂ ਦੀ ਸੁਰੱਖਿਅਤ ਵਾਪਸੀ ਨੂੰ ਲੈ ਕੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਅਰਦਾਸ ਕੀਤੀ ਗਈ। ਉਹਨਾਂ ਭਾਰਤ ਸਰਕਾਰ ਨੂੰ ਹਰ ਸੰਭਵ ਕੋਸ਼ਿਸ਼ ਦੀ ਵੀ ਗੁਹਾਰ ਲਗਾਈ ਹੈ। ਜ਼ਿਕਰ ਹੋ ਗਿਆ ਕਿ ਸੰਗਰੂਰ ਦੇ ਪਿੰਡ ਦੇ 3 ਨੌਜਵਾਨ ਆਪਣੇ ਪਰਿਵਾਰਾਂ ਦੀ ਗਰੀਬੀ ਦੂਰ ਕਰਨ ਲਈ ਕਰੀਬ 1 ਸਾਲ ਪਹਿਲਾਂ ਇਰਾਕ ਗਏ ਸਨ। ਇਹ ਮੁੰਡਾ ਸਾਡਾ ਗਿਆ ਜੀ ਧਰਮਿੰਦਰ ਸਿੰਘ ਬਾਹਰ, ਵੀ ਉਸਨੂੰ ਕਹਿੰਦੇ ਛੇਤੀ ਛੇਤੀ ਵਾਪਸ ਮਾਉਣ ਦੀ ਕਰੇ, ਵੀ ਹਾਲਾਤ ਬਹੁਤ ਮਾੜੇ ਹੋ ਰਹੇ ਨੇ ਉੱਧਰ। ਕਿੰਨਾ ਟਾਈਮ ਹੋ ਗਿਆ ਉਹਨੂੰ? ਹੋ ਗਿਆ ਸਾਲ ਹੋ ਗਿਆ ਜੀ ਗਿਆ ਨੂੰ। ਕਿੰਨੇ ਸਾਲ ਦਾ ਵੀਜ਼ਾ ਲੱਗਿਆ ਸੀ? ਵੀਜ਼ਾ 2 ਸਾਲ ਦਾ। ਅਸੀਂ ਇਹੀ ਕਹਿੰਦੇ ਹਾਂ ਕਿ ਉਹਨਾਂ ਨੂੰ ਤਨਖਾਹ ਮਿਲ ਜੇ ਅਤੇ ਉਹ ਜਲਦੀ ਜਲਦੀ ਘਰ ਵਾਪਸ ਆ ਜਾਣ। ਹਾਂਜੀ, ਉੱਥੇ ਬਿਲਕੁਲ ਠੀਕ ਠਾਕ ਨੇ ਉਹ, ਅਤੇ ਬਸ ਇਹੀ ਕਿ ਉਹਨਾਂ ਦੀ ਤਨਖਾਹ, ਉਹ ਕਹਿੰਦੇ ਨੇ ਕਿ ਮਹੀਨੇ ਤੱਕ ਸਾਨੂੰ ਤਨਖਾਹ ਮਿਲ ਜੂਗੀ ਅਤੇ ਅਸੀਂ ਘਰ ਵਾਪਸ ਆ ਜਾਵਾਂਗੇ ਜਲਦੀ। ਪ੍ਰਸ਼ਾਸਨ ਨੇ ਇਹਨਾਂ ਨਾਲ 24 ਘੰਟੇ ਤਾਲਮੇਲ ਰੱਖਿਆ ਹੋਇਆ ਹੈਗਾ। ਇਹਨਾਂ ਨੂੰ ਪੇਰੈਂਟਸ ਨੂੰ ਮੋਬਾਈਲ ਲੈ ਕੇ ਸਿਮ ਲੈ ਕੇ ਦਿੱਤੇ ਹੈਗੇ, ਉਹਦੇ ਵਿੱਚ 1000-1000 ਰੁਪਈਏ ਦਾ ਪੈਸੇ ਪਾਏ ਹੈਗੇ, ਤਾਂ ਕਿ ਜਿਹੜੇ ਉਹਨਾਂ ਦੇ ਪੇਰੈਂਟਸ ਹੈਗੇ ਉਹ ਆਪਣੇ ਬੱਚਿਆਂ ਨਾਲ ਜਦੋਂ ਵੀ ਦਿਲ ਕਰੇ ਜਿੰਨੀ ਮਰਜ਼ੀ ਟਾਈਮ ਲਾ ਕੇ ਗੱਲ ਕਰਨ। ਖਬਰਾਂ ਦੀ ਦੁਨੀਆ ਵਿੱਚ ਆਓ ਸਾਡੇ ਨਾਲ, ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦੇਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।